ਬੱਚਿਓ ਇਸ ਕਿਰਿਆ ਨੂੰ ਕਰਨ ਲਈ ਜੋ ਜ਼ਰੂਰੀ ਸਮਗਰੀ ਚਾਹੀਦੀ ਹੈ ਉਹ ਹੈ ਇੱਕ ਹਰਾ ਪੱਤਾ ਬੀਕਰ ਵਿੱਚ ਗਰਮ ਪਾਣੀ ਐਲਕੋਹਲ ਆਇਓਡੀਨ ਸੋਲੂਸ਼ਨ ਪਰਖਣ ਲਈ ਸਪਿਰਿਟ ਲੈਂਪ ਅਤੇ ਟ੍ਰਾਈਪੋਡ ਸਟੈਂਡ ਪੈਟਰੀ ਡਿਸ਼ ਹਰੇ ਪੱਤੇ ਨੂੰ ਪੈਟਰੀ ਡਿਸ਼ ਵਿੱਚ ਰੱਖੋ ਜਿਸ ਨੂੰ ਕੁਝ ਘੰਟਿਆਂ ਲਈ ਸੂਰਜ ਦੀ ਰੌਸ਼ਨੀ ਵਿੱਚ ਰੱਖਿਆ ਗਿਆ ਹੋਵੇ ਸਪਿਰਿਟ ਲੈਂਪ ਨੂੰ ਔਨ ਕਰੋ ਹੁਣ ਹਰੇ ਪੱਤੇ ਨੂੰ ਗਰਮ ਪਾਣੀ ਨਾਲ ਭਰੇ ਬੀਕਰ ਵਿੱਚ ਪਾ ਕੇ ਟ੍ਰਾਈਪੋਡ ਸਟੈਂਡ ਉੱਤੇ ਰੱਖੋ ਬੀਕਰ ਨੂੰ ਉਸ ਸਮੇਂ ਤੱਕ ਗਰਮ ਕਰਦੇ ਰਹੋ ਜਦੋਂ ਤੱਕ ਪੱਤੇ ਵਿੱਚਲੀ ਸੈੱਲ ਚਿੱਲੀ ਟੁੱਟ ਜਾਵੇ ਅਤੇ ਸੈੱਲ ਪਿਤਤੀ ਨਰਮ ਹੋ ਜਾਵੇ ਤਾਂ ਜੋ ਆਇਓਡੀਨ ਦਾ ਘੋਲ ਪੱਤੇ ਵਿੱਚ ਚੰਗੀ ਤਰ੍ਹਾਂ ਸੋਖਿਆ ਜਾ ਸਕੇ ਹੁਣ ਪੱਤੇ ਨੂੰ ਪਾਣੀ ਵਿੱਚੋਂ ਕੱਢ ਕੇ ਪਰਖ ਨਲੀ ਵਿੱਚ ਪਾ ਦਿਓ ਇਸ ਵਿੱਚ ਕੁਝ ਮਾਤਰਾ ਐਲਕੋਹਲ ਦੀ ਪਾਓ ਅਤੇ ਪੱਤੇ ਨੂੰ ਐਲਕੋਹਲ ਵਿੱਚ ਪੂਰੀ ਤਰ੍ਹਾਂ ਟੱਕ ਦਿਓ ਹੁਣ ਇਸ ਪਰਖ ਨਲੀ ਨੂੰ ਵਾਪਸ ਗਰਮ ਪਾਣੀ ਵਾਲੇ ਬਿਕਰ ਵਿੱਚ ਪਾਓ ਅਤੇ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਪੱਤੇ ਦਾ ਸਾਰਾ ਹਰਾ ਰੰਗ ਬਾਹਰ ਨਾ ਨਿਕਲ ਜਾਵੇ ਪੱਤੇ ਵਿੱਚੋਂ ਨਿਕਲਿਆ ਹਰਾ ਰੰਗ ਪੱਤੇ ਵਿੱਚ ਮੌਜੂਦ ਕਲੋਰੋਫਿਲ ਦੇ ਕਾਰਨ ਹੁੰਦਾ ਹੈ ਹੁਣ ਪੱਤੇ ਨੂੰ ਪਰਖ ਨਲੀ ਵਿੱਚੋਂ ਕੱਢ ਕੇ ਵਾਪਸ ਪੈਟਰੀ ਡਿਸ਼ ਵਿੱਚ ਪਾਓ ਪੱਤੇ ਉੱਪਰ ਆਇਓਡੀਨ ਕੋਲ ਦੀਆਂ ਕੁਝ ਬੂੰਦਾਂ ਪਾਓ ਪੱਤੇ ਦਾ ਰੰਗ ਨੋਟ ਕਰੋ ਇਹ ਕਾਲਾ ਨੀਲਾ ਹੋ ਗਿਆ ਹੈ ਪੱਤੇ ਦਾ ਇਹ ਕਾਲਾ ਨੀਲਾ ਰੰਗ ਸਟਾਰਚ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ